हाँ जी, स्वागत है जी साडे यूट्यूब चैनल ते, फेसबुक पेज तत् गुरमत ज्ञान टीवी उपर। हमेशा की तरह प्रोग्राम लेके हाजिर हाँ जी। जप विचार भाग 17वां, ते पिछली पौड़ी दे विच जिहड़ी के 14वीं पौड़ी गुरु नानक साहब की तुसीं सरवण कीती है, उहदे विच मन्नै मार्ग ठग ना पाए, मन्नै पथ प्रगट जाए, मन्नै मगना चलै पंथ, मन्नै धर्म सिद्धि संबंध। इस पौड़ी नूं तुसीं बड़े ही सुचजे तरीके दे नाल साडे सत्कारयोग बापू प्रोफेसर इंद्र सिंह घग्गा जी नाल पासों सरवण कीता सीगा। ਤੇ ਹੁਣ ਅਸੀਂ ਆਪਣੀ ਅਗਲੀ ਪੌੜੀ ਦੇ ਵੱਲ ਵਧਦੇ ਹਾਂ ਜੀ, ਜਿਹੜੀ 15ਵੀਂ ਪੌੜੀ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਦੇ ਵਿੱਚ ਲਿਖੀ ਹੈ ਜੀ। ਉਸ ਤੋਂ ਪਹਿਲਾਂ ਬਾਪੂ ਜੀ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਜਿਹੜੀ ਇਹ ਪੌੜੀ ਹੈਗੀ ਆ 15ਵੀਂ ਪੌੜੀ ਜਪ ਬਾਣੀ ਦੀ, ਮੰਨੈ ਵਾਲੀਆਂ ਜਿਹੜਾ ਕਨਸੈਪਟ ਆ ਉਹਦੀ ਇਹ ਚੌਥੀ ਪੌੜੀ ਹੈਗੀ ਆ ਜੀ, ਲਾਸਟ ਵਾਲੀ ਪੌੜੀ ਮੰਨੈ ਵਾਲੀ ਦੀ। ਮੈਂ ਇੱਕ ਵਾਰੀ ਸਾਡੇ ਸਰੋਤਿਆਂ ਨੂੰ ਇਸ ਪੌੜੀ ਦਾ ਉਚਾਰਨ ਦੱਸ ਦੇਵਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਈ। ਬਾਪੂ ਜੀ, ਜਿਹੜਾ ਇੱਥੇ ਤਾਰ ਦੀਆਂ ਗੱਲਾਂ ਆਉਂਦੀਆਂ ਨੇ, ਗੁਰੂ ਦਾ ਜਿਹੜਾ ਕਨਸੈਪਟ ਆ, ਸਿੱਖ ਦਾ ਜਿਹੜਾ ਕਨਸੈਪਟ ਆ, ਸਾਰੇ ਦਾ ਸਾਰਾ ਸਾਡੇ ਸਰੋਤਿਆਂ ਨੂੰ ਸਮਝਾ ਦਿਓ। ਤੇ ਉਸ ਤੋਂ ਪਹਿਲਾਂ ਅੰਤਲੀਆਂ ਪੌੜੀਆਂ ਤੋਂ ਆਪਾਂ ਸ਼ੁਰੂਆਤ ਕਰਦੇ ਹੁੰਦੇ ਹਾਂ, ਉਹ ਇੱਕ ਵਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦਿਓ ਜੀ, ਫਿਰ ਆਪਾਂ ਪੰਕਤੀ ਦਰ ਪੰਕਤੀ ਇਸ ਪੌੜੀ ਨੂੰ ਸਾਡੇ ਸਰੋਤਿਆਂ ਦੇ ਸਾਹਮਣੇ ਰੱਖ ਦੇਵਾਂਗੇ ਜੀ। ਜੀ ਬਾਪੂ ਜੀ, ਇੱਥੇ ਜੀ ਐਸਾ ਨਾਮ ਨਿਰੰਜਣ ਹੋਏ, ਗੁਰੂ ਨਾਨਕ ਸਾਹਿਬ ਨੇ ਇਹਨਾਂ ਚਾਰੇ ਪੌੜੀਆਂ 'ਚ ਇਹ ਐਸਾ ਨਾਮ ਨਿਰੰਜਣ ਹੋਏ ਚਾਰ ਵਾਰੀ ਦੁਹਰਾਇਆ। ਆਖਰੀ ਦੋ ਲਾਈਨਾਂ ਇਸ ਤਰ੍ਹਾਂ ਐਸਾ ਨਾਮ ਨਿਰੰਜਣ ਹੋਏ ਵਾਲੀਆਂ ਗੁਰੂ ਸਾਹਿਬ ਨੇ ਦਰਜ ਕੀਤੀਆਂ ਨੇ, ਤਾਂ ਕਿ ਇਸ ਗੱਲ ਤੇ ਜ਼ੋਰ ਦਿੱਤਾ ਜਾ ਸਕੇ ਕਿ ਉੱਪਰ ਜੋ ਮੈਂ ਤੁਹਾਨੂੰ ਲਿਖ ਕੇ ਜਾਂ ਬੋਲ ਕੇ ਸੁਣਾਇਆ, ਤੁਹਾਨੂੰ ਪੜ੍ਹਨ ਨੂੰ ਦਿੱਤਾ, ਉਹਨੂੰ ਧਿਆਨ ਨਾਲ ਪੜ੍ਹ ਲਓ। ਉਹਦਾ ਨਿਚੋੜ ਆਹ ਹੈ, ਰੱਬ ਦਾ ਸਰੂਪ, ਤੁਹਾਡੀ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ। ਇਹੋ ਜਿਹਾ ਮੇਰਾ ਰੱਬ ਹੈ ਜਿਹਨੂੰ ਕਿ ਆਪਾਂ ਰੱਬ ਮੰਨ ਰਹੇ ਹਾਂ, ਜਿਹੜਾ ਕਿ ਸਾਡੇ ਮਨਾਂ 'ਚ ਬੈਠਾ ਹੋਇਆ। ਉਹ ਇੱਕ ਵਿਅਕਤੀ, ਇੱਕ ਹਸਤੀ ਜਾਂ ਇੱਕ ਸਰੀਰਧਾਰੀ, ਦੇਹਧਾਰੀ ਕੋਈ ਚੀਜ਼ ਨਹੀਂ ਕਿਤੇ ਬੈਠੀ ਹੋਈ। ਕਦੀ ਅੰਦਾਜ਼ਾ ਲਾ ਕੇ ਵੇਖੋ, ਸੂਰਜ ਬਾਰੇ ਅਸੀਂ ਆਪ ਸੁਣਦੇ ਹਾਂ, ਪੜ੍ਹਦੇ ਹਾਂ ਕਿ ਧਰਤੀ ਤੋਂ ਲਗਭਗ 9 ਕਰੋੜ ਮੀਲ ਦੂਰ ਹੈ, ਤੇ ਉਹ ਕਿੱਡਾ ਵੱਡਾ ਹੈ। ਜੇ ਨੇੜੇ ਆ ਜਾਵੇ ਸਾਡੇ ਤਾਂ ਸਭ ਕਾਸੇ ਨੂੰ ਸਾੜ ਕੇ ਸਵਾਹ ਕਰ ਦੇਵੇ, ਤੇ ਸਵਾਹ ਬਣ ਕੇ ਸਾਰਾ ਕੁਝ ਉੱਡ ਜਾਵੇ। ਉੱਥੇ ਸਮੇਤ ਧਰਤੀ ਦੇ ਕੁਛ ਵੀ ਨਾ ਲੱਭੇ, ਧਰਤੀ ਦੀ ਵੀ ਸਵਾਹ ਬਣ ਸਕਦੀ ਹੈ ਜੇ ਸੂਰਜ ਨੇੜੇ ਆ ਜਾਵੇ ਤਾਂ। ਹੁਣ ਕਦੀ ਇਹ ਅਗਲੀ ਗੱਲ ਸੋਚੋ ਵੀ ਏਡਾ ਵੱਡਾ ਸੂਰਜ ਜਿਹਨੇ ਬਣਾਇਆ, ਜਿਹਨੂੰ ਕਿ ਲੋਕੀ ਕਹਿੰਦੇ ਨੇ ਉਹ ਰੱਬ ਇਹੋ ਜਿਹਾ, ਜਿਹਨੇ ਸਾਰਾ ਕੁਝ ਬਣਾਇਆ। ਜੇ ਰੱਬ ਨੇ ਸੂਰਜ ਬਣਾਇਆ ਪਹਿਲਾਂ, ਉਹ ਆਪ ਕਿੱਡਾ ਕੁ ਵੱਡਾ ਹੋਣਾ, ਉਹਦੀ ਫੈਕਟਰੀ ਕਿੱਡੀ ਕੁ ਵੱਡੀ ਹੋਣੀ ਹੈ ਜਿਹਦੇ ਵਿੱਚ ਸੂਰਜ ਵਰਗੀਆਂ ਚੀਜ਼ਾਂ ਬਣ ਜਾਂਦੀਆਂ ਨੇ। ਇਸੇ ਤਰ੍ਹਾਂ ਧਰਤੀ ਹੈ ਕਿੱਡੀ ਵੱਡੀ ਹੈ। ਅਸੀਂ ਤਾਂ ਕਈ ਵਾਰੀ ਆਪਣੇ ਪਿੰਡ ਚੋਂ, ਆਪਣੇ ਮੁਹੱਲੇ ਚੋਂ, ਆਪਣੇ ਸ਼ਹਿਰ ਚੋਂ ਵੀ ਆਰ ਪਾਰ ਕਿਤੇ ਨਹੀਂ ਜਾਂਦੇ, ਇੱਥੇ ਤੱਕ ਸੀਮਤ ਰਹਿ ਜਾਂਦੇ ਹਾਂ। ਪਰ ਧਰਤੀ ਦਾ ਚੱਕਰ ਅਮਰੀਕਾ, ਕੈਨੇਡਾ ਆਦਿ ਤੇ ਜਦੋਂ ਲਾ ਕੇ ਆਈਏ, ਫਿਰ ਪਤਾ ਲੱਗਦਾ ਧਰਤੀ ਕਿੱਡੀ ਦੂਰ ਤੱਕ ਹੈ। ਉਹ ਵੀ ਸਾਧਨ ਬਣ ਗਏ ਆ, ਜੇ ਆਪਾਂ ਤਾਂ ਚਲੇ ਜਾਂਦੇ ਹਾਂ। ਅੱਗੇ ਤਾਂ ਸਾਧਨ ਵੀ ਨਹੀਂ ਸੀ, ਇਸ ਤਰ੍ਹਾਂ ਦੇ ਚੱਕਰ ਲਾਉਣੇ ਸੰਭਵ ਨਹੀਂ ਸੀ। ਤੇ ਜਿਹੜੇ ਰੱਬ ਨੇ ਇਹ ਧਰਤੀ ਏਡੀ ਵੱਡੀ ਬਣਾ ਦਿੱਤੀ, ਕਦੇ ਸੋਚ ਕੇ ਦੇਖੋ ਉਹਦਾ ਕਾਰਖਾਨਾ ਕਿੱਡਾ ਕੁ ਵੱਡਾ ਹੋਣਾ, ਆਪ ਉਹ ਕਿੱਡਾ ਕੁ ਵੱਡਾ ਹੋਣਾ ਜਿਹਨੇ ਧਰਤੀ ਬਣਾ ਦਿੱਤੀ। ਸੋ ਇਹ ਪੁਜਾਰੀ ਤਬਕਾ ਸਾਨੂੰ ਕੁਰਾਹੇ ਪਾ ਰਹੇ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਈ ਜਾਂਦਾ, ਅਸੀਂ ਨੀਵੀਆਂ ਪਾ ਕੇ ਸੁਣ ਲੈਂਦੇ ਹਾਂ। ਪੁਜਾਰੀ ਨੂੰ ਖੁਦ ਵੀ ਨੀ ਪਤਾ ਕਿ ਰੱਬ ਦਾ ਸਰੂਪ ਕੀ ਹੈ। ਗੁਰੂ ਨਾਨਕ ਸਾਹਿਬ ਨੇ ਪੁਰਾਣੀਆਂ ਸਾਰੀਆਂ ਮਾਨਤਾਵਾਂ ਰੱਦ ਕੀਤੀਆਂ ਨੇ, ਕੋਈ ਪਰਵਾਹ ਨਹੀਂ ਕਿਸੇ ਦੀ ਕੀਤੀ, ਭਾਵੇਂ ਬਹੁਤ ਕੁਝ ਉਹਨਾਂ ਨੂੰ ਬਰਦਾਸ਼ਤ ਕਰਨਾ ਪਿਆ, ਪਰ ਉਹਨਾਂ ਨੇ ਸਾਰੀਆਂ ਮਾਨਤਾਵਾਂ ਨੂੰ ਰੱਦ ਕੀਤਾ। ਤੇ ਇੱਥੇ ਸਾਰਾ ਕੁਝ ਬਿਆਨ ਕਰਕੇ ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਫਿਰ ਕਹਿ ਦਿੰਦੇ ਨੇ, ਭਾਈ ਮੇਰੇ ਵਾਲਾ ਰੱਬ ਤਾਂ ਇਸ ਤਰ੍ਹਾਂ ਦਾ, ਐਸਾ ਨਾਮ ਨਿਰੰਜਣ ਹੋਏ ਜੇਕੋ ਮੰਨ ਜਾਣਾ ਮਨ ਕੋ। ਸਾਡਾ ਧਰਮ ਇੱਦਾਂ ਦਾ, ਮੰਨਣਾ ਤੁਸੀਂ ਮੰਨੋ, ਨਹੀਂ ਮੰਨਣਾ ਨਾ ਮੰਨੋ, ਪਰ ਅਸੀਂ ਇਸੇ ਤਰ੍ਹਾਂ ਮੰਨਾਂਗੇ ਜਿਵੇਂ ਸਾਨੂੰ ਸਮਝ ਆਇਆ। ਇਹ ਹੈ ਪੂਰਾ ਵਿਗਿਆਨਕ ਆਧਾਰ। ਇਹ ਵਿਗਿਆਨਕ ਆਧਾਰ ਨੂੰ ਸਾਡੇ ਪੁਜਾਰੀ ਤਬਕੇ ਨੇ, ਬੁਲਾਰਿਆਂ ਨੇ, ਜਿਹੜੇ ਕਿ ਸਟੇਜਾਂ ਤੇ ਬੋਲਦੇ ਨੇ, ਉਹਨਾਂ ਨੇ ਵਿਗਿਆਨਕ ਆਧਾਰ ਨੂੰ ਭੁਲਾ ਦਿੱਤਾ, ਕਿਉਂਕਿ ਆਪ ਉਹਨਾਂ ਨੂੰ ਵਿਗਿਆਨਕ ਸਮਝ ਨਹੀਂ ਸੀ। ਤੇ ਸਾਡੇ ਸਕੂਲਾਂ 'ਚ, ਸਾਡੇ ਕਾਲਜਾਂ 'ਚ ਵਿਗਿਆਨਕ ਢੰਗ ਦੀ ਵਿੱਦਿਆ ਬਹੁਤ ਘੱਟ ਸੀ। ਤੇ ਜਿਹੜੀ ਹੈ ਧਾਰਮਿਕ ਵਿੱਦਿਆ, ਜਿਵੇਂ ਕਿ ਕਹਾਣੀਆਂ ਪ੍ਰਚਲਿਤ ਨੇ ਸਮਾਜ ਦੇ ਵਿੱਚ, ਕਰਾਮਾਤੀ ਕਹਾਣੀਆਂ ਵੀ,
ਅੱਖਾਂ ਮੀਟ ਮਰਦਾਨੇ ਆ, ਉਹ ਉਜੜੀਆਂ ਜਨਮ ਸਾਖੀਆਂ ਵੀ, ਇਹ ਸਾਰਾ ਕੁਝ ਲੋਕਾਂ ਨੂੰ ਪੜ੍ਹਾ ਦਿੱਤਾ ਗਿਆ, ਸੁਣਾ ਦਿੱਤਾ ਗਿਆ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਗਿਆ। ਸਾਨੂੰ ਉਹ ਵਾਰ ਵਾਰ ਬੋਲਿਆ ਗਿਆ ਝੂਠ ਵੀ ਸੱਚ ਲੱਗਣ ਲੱਗ ਪਿਆ, ਤੇ ਅਸੀਂ ਉਹਨੂੰ ਸੱਚ ਮੰਨ ਕੇ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਲਿਆ। ਹਾਲਾਂਕਿ ਉਹ ਬਣ ਨਹੀਂ ਸਕਦਾ, ਕਿਉਂਕਿ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਾਬਾ ਨਾਨਕ ਜੀ ਉਡਾਰੀ ਮਾਰ ਕੇ ਜਾ ਸਕਦਾ, ਤੇ ਫਿਰ ਹੁਣ ਅਸੀਂ ਉਡਾਰੀ ਮਾਰ ਕੇ ਕਿਉਂ ਨਹੀਂ ਜਾ ਸਕਦੇ? ਹੁਣ ਤਾਂ ਫਿਰ ਇਹ ਕਹਿਣਾ ਪਊਗਾ ਕਿ ਬਾਬੇ ਨਾਨਕ ਨੂੰ ਤਾਂ ਚਾਹੀਦਾ ਸੀ ਹਵਾਈ ਜਹਾਜ਼ ਬਣਾ ਲੈਂਦੇ, ਸਾਨੂੰ ਵੀ ਬਣਾ ਕੇ ਦੇ ਜਾਂਦੇ, ਅਸੀਂ ਵੀ ਕਾਹਨੂੰ ਔਖੇ ਹੁੰਦੇ ਇੰਨੇ। ਪਰ ਨਹੀਂ, ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਨਾ ਬਾਬਾ ਨਾਨਕ ਉਡਾਰੀ ਮਾਰ ਕੇ ਗਿਆ, ਨਾ ਸਾਧਨਾ ਤੋਂ ਬਿਨਾਂ ਅਸੀਂ ਉਡਾਰੀ ਮਾਰ ਸਕਦੇ ਹਾਂ। ਤੇ ਅੱਜ ਵੀ ਸਾਧ ਬਾਬੇ ਉਹਨਾਂ ਨੂੰ ਕਹਿ ਦਈਏ ਕਿ ਤੁਹਾਡੇ ਕੋਲ ਬਹੁਤ ਕਰਾਮਾਤੀ ਸ਼ਕਤੀਆਂ ਨੇ, ਨਾਮ ਸਿਮਰਨ ਕਰਕੇ ਤੁਸੀਂ ਬਹੁਤ ਅੱਗੇ ਲੰਘ ਗਏ ਹੋ, ਤੇ ਲੋ ਅਸੀਂ ਵੀਡੀਓ ਬਣਾਉਣ ਲੱਗੇ ਹਾਂ, ਜਰਾ ਉਡਾਰੀ ਮਾਰ ਕੇ ਵਿਖਾਓ। ਤੇ ਫਿਰ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਜਦੋਂ ਵੀਡੀਓ ਕੈਮਰਾ ਆ ਜਾਵੇ ਤਾਂ ਉਹਨਾਂ ਤੋਂ ਕੁਝ ਵੀ ਨਹੀਂ ਹੁੰਦਾ, ਕੇਵਲ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਾਰਾ ਕੁਝ ਉਹ ਕਰੀ ਜਾਂਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਇਹੋ ਹੀ ਕਹਿ ਰਹੇ ਨੇ, ਭਾਈ ਜਦੋਂ ਇਹਨਾਂ ਨਿਯਮਾਂ ਦਾ ਤੁਹਾਨੂੰ ਪਤਾ ਲੱਗ ਗਿਆ ਤੇ ਫਿਰ ਜੇ ਕੋ ਮਨ ਜਾਣਾ ਮਨ ਕੋਏ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੁਣ ਜ਼ਿੰਦਗੀ ਇਉਂ ਜਿਉਣੀ ਹੈ। ਹੁਣ ਆਪਾਂ ਪਹਿਲੀਆਂ ਪੰਕਤੀਆਂ ਨੇ ਜਿਹੜੀਆਂ ਉਹਨਾਂ ਦਾ ਆਪ ਜੀ ਨਾਲ ਸੰਖੇਪ ਵਿਚਾਰ ਕਰ ਲਈਏ। ਮੰਨੈ ਪਾਵੈ ਮੋਖ ਦੁਆਰ, ਜਿਹਨੂੰ ਮੁਕਤੀ ਦਾ ਰਾਹ, ਮੁਕਤੀ ਦਾ ਦਰਵਾਜ਼ਾ, ਤੁਹਾਡੇ ਪਾਪਾਂ ਤੋਂ ਮੁਕਤੀ। ਪੁਜਾਰੀ ਤਬਕਾ ਕਹਿੰਦਾ ਸੀ ਇੰਨਾ ਦਾਨ ਕਰ ਦਿਓ, ਇੰਨਾ ਪੁੰਨ ਕਰ ਦਿਓ, ਇੰਨਾ ਮੰਤਰ ਜਾਪ ਕਰ ਦਿਓ, ਸਾਡੇ ਵਿੱਚ ਵੀ ਅਖੰਡ ਪਾਠਾਂ ਦੀਆਂ ਲੜੀਆਂ ਕੋਤਰੀਆਂ ਕਿੰਨਾ ਕੁਛ ਹੈ। ਮੈਂ ਤਾਂ ਸ਼ਰੇਆਮ ਕਹਿੰਦਾ ਹੁੰਦਾ ਕਿ ਜੇ ਕਿਤੇ ਇਹਨਾਂ ਮੰਤਰ ਜਾਪਾਂ ਨਾਲ ਕੁਝ ਹੋਣਾ ਹੁੰਦਾ ਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਉਦੋਂ ਕਿਸੇ ਮੰਤਰ ਜਾਪ ਨੇ ਕਿਉਂ ਅਸਰ ਨਾ ਕੀਤਾ? ਉਹ ਤਾਂ ਬਾਣੀ ਦੇ ਰਚੇਤਾ ਵੱਡੇ ਮਹਾਂਪੁਰਖ ਸਨ। ਬਿਲਕੁਲ ਜੀ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਹ ਤਾਂ ਆਪ ਬਾਣੀ ਦੇ ਰਚਨਾਕਾਰ ਸਨ। ਕਿੰਨੀ ਬਾਣੀ ਉਹਨਾਂ ਨੇ ਲਿਖੀ ਹੈ ਤੇ ਉਹਨਾਂ ਨੂੰ ਇਹ ਮੁਸ਼ਕਲਾਂ ਤੇ ਜਾਨ ਵਾਰਨੀ ਪਈ, ਇਹ ਕਿਉਂ ਹੋਇਆ? ਇਸੇ ਤਰ੍ਹਾਂ ਸਾਹਿਬਜ਼ਾਦੇ, ਇਸੇ ਤਰ੍ਹਾਂ ਕਦੇ ਵੱਡੇ ਘੱਲੂਘਾਰੇ, ਕਦੇ ਛੋਟੇ ਘੱਲੂਘਾਰੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ, ਜੰਗਲੀ ਵਾਸ ਆਉਣਾ, ਇਹ ਜਿਹੜੀਆਂ ਜਾਦੂਗਰੀਆਂ ਨੇ, ਨਾਮ ਸਿਮਰਨ ਕਰਕੇ ਸ਼ਕਤੀਆਂ ਆਉਣ ਦਾ ਢੌਂਗ ਕੀਤਾ ਜਾਂਦਾ ਤੇ ਸਾਨੂੰ ਸਟੇਜਾਂ ਤੇ ਸੁਣਾਇਆ ਜਾਂਦਾ, ਫਿਰ ਉਦੋਂ ਮੁਸੀਬਤਾਂ ਵੇਲੇ ਇਹਨਾਂ ਨੇ ਕਿਉਂ ਕੋਈ ਸ਼ਕਤੀ ਨਾ ਵਿਖਾਈ? ਕਿਉਂ 30,000 ਸਿੱਖ ਇੱਕੋ ਦਿਨ ਚ ਕੋਪਰ ਹੇੜੇ ਦੇ ਮੈਦਾਨ ਦੇ ਵਿੱਚ ਜਾਨਾਂ ਵਾਰਨੀਆਂ ਪੈ ਗਈਆਂ, ਬਾਲ ਬੱਚੇ ਬੁੱਢੇ ਬੀਬੀਆਂ ਸਾਰੇ ਕਤਲ ਕਰਕੇ ਰੱਖ ਦਿੱਤੇ, ਤੇ ਉਦੋਂ ਇਹ ਨਾਮ ਸਿਮਰਨ ਦੀ ਸ਼ਕਤੀ ਕਿਤੋਂ ਕਿਉਂ ਨਾ ਆਈ? ਭਲਿਓ ਏਦਾਂ ਨਹੀਂ ਆਇਆ ਕਰਦੀ। ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਤੁਸੀਂ ਜਦੋਂ ਇਸ ਨਿਯਮ ਨੂੰ ਸਮਝ ਲਓਗੇ, ਮੰਨੈ ਪਾਵੈ ਮੋਖ ਦੁਆਰ, ਤੁਸੀਂ ਫਿਰ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਵੋਗੇ, ਅਸਲੀ ਮੁਕਤੀ ਤੁਹਾਨੂੰ ਸਮਝ ਆ ਜਾਵੇਗੀ। ਜੇ ਉਸ ਨਿਯਮ ਨੂੰ ਸਮਝ ਲਓਗੇ ਕਿ ਅਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੁਣ ਮੁਕਤ ਹੋ ਗਿਆ ਤੇ ਮੇਰੀ ਜ਼ਿੰਦਗੀ ਬਦਲ ਗਈ ਹੈ, ਮੈਂ ਗੁਲਾਮੀ ਚੋਂ ਨਿਕਲ ਗਿਆ। ਗੁਲਾਮੀ ਮਾਨਸਿਕ, ਗੁਲਾਮੀ ਰਾਜਨੀਤਿਕ, ਉਹ ਅਨੇਕਾਂ ਪ੍ਰਕਾਰ ਦੀ ਹੋ ਸਕਦੀ ਹੈ, ਪਰ ਮੈਂ ਇਸ ਗੁਲਾਮੀ ਨੂੰ ਗਲੋਂ ਲਾਹ ਦਿੱਤਾ। ਮੰਨੈ ਪਰਿਵਾਰ ਹੈ ਸਾਧਾਰ, ਮੈਂ ਤਾਂ ਪਰਿਵਾਰ ਸਮੇਤ, ਪਰਿਵਾਰ ਘਰ ਦੇ 2-4 ਮੈਂਬਰ ਨਹੀਂ, ਇਹ ਸਾਰਾ ਸੰਸਾਰ ਮੇਰਾ ਪਰਿਵਾਰ ਹੈ, ਤੇ ਮੇਰਾ ਪਿੰਡ, ਮੇਰਾ ਕਬੀਲਾ, ਮੇਰਾ ਸ਼ਹਿਰ, ਮੇਰੇ ਲੋਕ, ਜਿੰਨਿਆਂ ਦੀ ਵੱਧ ਤੋਂ ਵੱਧ ਆਪਾਂ ਸੇਵਾ ਕਰ ਸਕਦੇ ਹਾਂ ਓਨੇ ਦੀ ਕਰੀਏ, ਜਿੰਨੀ ਸਾਡੀ ਸਮਰੱਥਾ ਹੈ, ਜਿੱਡੀ ਪਹੁੰਚ ਹੈ, ਓਨਾ ਕੰਮ ਕਰੀਏ। ਪਰ ਕੰਮ ਤਾਂ ਕਰਾਂਗੇ ਜੇ ਪਹਿਲਾਂ ਆਪ ਤਿਆਰੀ ਕੀਤੀ ਹੋਵੇਗੀ। ਜਦੋਂ ਆਪ ਕਿਤਾਬ ਚੁੱਕ ਕੇ ਨਹੀਂ ਵੇਖਣੀ, ਬਾਣੀ ਕਦੇ ਪੜ੍ਹਨੀ ਨਹੀਂ, ਤੇ ਉਤਸ਼ਾਹ ਮਨ ਦੇ ਵਿੱਚ ਆਉਣ ਨਹੀਂ ਦੇਣਾ, ਕੰਮ ਕੋਈ ਚੰਗਾ ਕਰਨਾ ਨਹੀਂ ਤੇ ਚੰਗਾ ਕੰਮ ਕਿਤੋਂ ਸਿੱਖਣਾ ਨਹੀਂ, ਤੇ ਫਿਰ ਦੂਜੇ ਦਾ ਭਲਾ ਕਿੱਥੋਂ ਕਰਾਂਗੇ? ਅਸੀਂ ਤਾਂ ਆਪਣੇ ਆਪ ਦਾ ਭਲਾ ਵੀ ਨਹੀਂ ਕਰ ਸਕਦੇ, ਅਸੀਂ ਤਾਂ ਆਪ ਗੁਲਾਮੀ ਤਰ੍ਹਾਂ ਤਰ੍ਹਾਂ ਦੀ ਗੱਲ ਚ ਪਵਾਈ ਫਿਰਦੇ ਹਾਂ, ਤੇ ਦੂਜੇ ਨੂੰ ਆਜ਼ਾਦੀ ਕਿੱਥੋਂ ਦਵਾਵਾਂਗੇ? ਤੇ ਇੱਥੇ ਗੁਰੂ ਸਾਹਿਬ ਕਹਿ ਰਹੇ ਨੇ, ਮੰਨੈ ਪਰਿਵਾਰ ਹੈ ਸਾਧਾਰ, ਤੇ ਸਮੇਤ ਪਰਿਵਾਰ ਦੇ, ਆਪਣੇ ਸਮਾਜ ਦੇ ਸਮੇਤ, ਫਿਰ ਭਾਈ ਤੁਸੀਂ ਸਾਰਿਆਂ ਦਾ ਸੁਧਾਰ ਕਰ ਦਿਓਗੇ, ਸਾਰਿਆਂ ਨੂੰ ਤਾਰਿਓਗੇ, ਸਾਰਿਆਂ ਦੀਆਂ ਬਲਾਵਾਂ ਨੇ, ਗੁਲਾਮੀਆਂ ਨੇ, ਉਹ ਫਿਰ ਤੁਸੀਂ ਕੱਟ ਦਿਓਗੇ, ਇਹ ਸਮਾਜ ਫਿਰ ਬਹੁਤ ਸੋਹਣਾ ਬਣ ਜਾਵੇਗਾ। ਜੀ ਜੀ ਬਾਪੂ ਜੀ, ਜਿਹੜੇ ਤਰੀਕੇ ਦੇ ਨਾਲ ਪੁਜਾਰੀ ਢਾਂਚਾ, ਜਿਹੜਾ ਪੁਜਾਰੀ ਢਾਂਚਾ ਹਮੇਸ਼ਾ ਹੀ ਰਾਜਾ ਜਾਂ ਇਹ ਕਹਿ ਲਓ ਕਿ ਜਿਹੜੀ ਰਾਜਨੀਤਿਕ ਧਿਰ ਤੇ ਜਿਹੜੀ ਪੁਜਾਰੀ ਧਿਰ ਆ, ਅਖੌਤੀ ਮਜ਼ਹਬੀ ਧਿਰ, ਇੱਕ ਦੂਜੇ ਦੇ ਪੂਰਕ ਹੋ ਕੇ ਰਹੀ ਆ, ਤੇ ਉਹਨਾਂ ਨੇ ਲੋਕਾਂ ਨੂੰ ਇਹਨਾਂ ਬੰਧਨਾਂ ਦੇ ਵਿੱਚ ਉਲਝਾ ਕੇ ਰੱਖਣਾ ਸੀ, ਉਹਨਾਂ ਨੂੰ
ਇਸ ਚੀਜ਼ ਦਾ, ਕਿਉਂਕਿ ਪੁਜਾਰੀ ਸੀ ਜਿਹੜਾ, ਪੁਜਾਰੀ ਰਾਜੇ ਨੂੰ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਮੈਂ ਤੈਨੂੰ ਰੱਬ ਬਣਾ ਕੇ ਪੇਸ਼ ਕਰਾਂਗਾ, ਤੇ ਜਿਹੜਾ ਰਾਜਾ ਪੁਜਾਰੀ ਨੂੰ ਰੱਬ ਦਾ ਦੂਤ ਬਣਾ ਕੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਗੰਢ ਧੁੱਪ ਜਿਹੜੀ, ਤੇ ਇਸ ਗੰਢ ਧੁੱਪ ਦੇ ਵਿਚਾਲੇ ਜਿਹੜੇ ਇਸ ਚੱਕੀ ਦੇ ਵਿੱਚ ਪੀਸੇ ਜਾ ਰਹੇ ਸੀ ਉਹ ਆਮ ਲੋਕ ਸੀ। ਪਰ ਗੁਰੂ ਨਾਨਕ ਸਾਹਿਬ ਨੇ ਬੜੇ ਸੌਖੇ ਤਰੀਕੇ ਦੇ ਨਾਲ ਸਾਨੂੰ ਆਮ ਲੋਕਾਂ ਨੂੰ ਇਹਨਾਂ ਗੱਲਾਂ ਦੇ ਬਾਰੇ ਸਮਝਾਇਆ ਜੀ ਜੀ ਬਾਪੂ ਜੀ। ਤੇ ਅਗਲੀਆਂ ਜਿਹੜੀਆਂ ਪੰਕਤੀਆਂ ਹੈਗੀਆਂ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਹਾਂਜੀ, ਇੱਥੇ ਜਿਹੜਾ ਇਸ ਅਵਸਥਾ ਨੂੰ ਪਹੁੰਚ ਜਾਂਦਾ ਹੈ, ਮਾਨਸਿਕ ਪੱਧਰ ਉੱਚਾ ਹੋ ਜਾਂਦਾ, ਅੰਦਰ ਹਿੰਮਤ ਹੌਸਲਾ ਆ ਜਾਂਦਾ, ਉਹਦੇ ਵਿੱਚ ਕੰਮ ਕਰਨ ਦੀ ਯੋਗਤਾ ਪੈਦਾ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਫਿਰ ਆਪ ਤਾਂ ਤਰਦਾ ਹੀ ਹੈ, ਭਾਵ ਕੇ ਤਰਦਾ ਹੀ ਨਹੀਂ ਕਿ ਦਰਿਆ ਤਰ ਜਾਂਦਾ। ਇਹਦਾ ਮਤਲਬ ਹੈ ਸਮਾਜ ਦੇ ਬੰਧਨਾਂ ਨੂੰ ਤੋੜ ਦਿੰਦਾ, ਉਹ ਜਿਹੜੀ ਉਹਦੇ ਤੇ ਗੁਲਾਮੀ ਹੈ ਉਹਨੂੰ ਖਤਮ ਕਰ ਦਿੰਦਾ, ਗੁਲਾਮੀ ਮਾਨਸਿਕ ਵੀ ਤੇ ਸਰੀਰਕ ਵੀ। ਉਹ ਜਿਹੜੇ ਉਹਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਇਹ ਰੁਕਾਵਟਾਂ ਆ ਰਹੀਆਂ ਨੇ, ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੇ ਸਮਰੱਥ ਬਣ ਜਾਂਦਾ। ਮੰਨੈ ਤਰੈ ਤਾਰੇ ਗੁਰਸਿੱਖ, ਆਪ ਤਾਂ ਉਹ ਸਿੱਧੇ ਰਾਹ ਤੇ ਵਧੀਆ ਜੀਵਨ ਰਾਹ ਤੇ ਚੱਲਦਾ ਹੀ ਚੱਲਦਾ, ਹੋਰਨਾਂ ਵੀ ਸੰਗੀਆਂ ਸਾਥੀਆਂ ਨੂੰ ਉਸ ਰਾਹ ਤੇ ਕਾਫਲਾ ਬਣਾ ਕੇ ਤੋਰ ਲੈਂਦਾ, ਭਾਵ ਕਿ ਜਿੰਨੀ ਉਹਦੇ ਕੋਲ ਸਮਰੱਥਾ ਹੈ ਓਨਾ ਉਹ ਦੂਜਿਆਂ ਦਾ ਭਲਾ ਕਰਨ ਵਾਸਤੇ ਵੀ ਆਪਣੀ ਪੂਰੀ ਵਾਹ ਲਾਉਂਦਾ। ਇਸ ਤਰ੍ਹਾਂ ਆਪ ਤਾਂ ਤਰਦਾ ਹੀ ਹੈ, ਦੂਜਿਆਂ ਨੂੰ ਵੀ ਉਹ ਬੰਦ ਖਲਾਸ ਕਰਾਉਂਦਾ। ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ, ਅਸੀਂ ਗੁਲਾਮੀ ਦੇ ਵਿੱਚ ਹਾਂ, ਅਸੀਂ ਇੱਕ ਤਰ੍ਹਾਂ ਦੀ ਕੈਦ ਦੇ ਵਿੱਚ ਹਾਂ। ਬਹੁਤ ਸਾਰੀਆਂ ਥਾਵਾਂ ਤੇ ਅਜਿਹੇ ਹੁੰਦੇ ਨੇ ਕਿ ਉਹ ਕੈਦ ਭਾਵੇਂ ਸਾਨੂੰ ਹੱਥਕੜੀਆਂ ਨਹੀਂ ਲੱਗੀਆਂ, ਬੇੜੀਆਂ ਭਾਵੇਂ ਨਹੀਂ ਲੱਗੀਆਂ, ਪਰ ਬਹੁਤ ਤਰ੍ਹਾਂ ਦੇ ਸਾਡੇ ਤੇ ਬੰਧਨ ਹੁੰਦੇ ਨੇ। ਅਸੀਂ ਮਾਨਸਿਕ ਤੌਰ ਤੇ ਨੀਵੀਂ ਪਾ ਕੇ ਚੱਲਣ ਦਾ ਸੁਭਾਅ ਬਣਾ ਲੈਂਦੇ ਹਾਂ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਗੁਲਾਮ ਬਣ ਗਏ ਹਾਂ। ਬਚਪਨ ਤੋਂ ਹੀ, ਜਨਮ ਤੋਂ ਹੀ, ਜਦੋਂ ਉਹ ਮਾਹੌਲ ਹੁੰਦਾ ਸਾਡੇ ਘਰਾਂ 'ਚ, ਸਾਡੇ ਸਮਾਜ 'ਚ, ਅਸੀਂ ਉਹ ਫਿਰ ਇੱਕ ਤਰ੍ਹਾਂ ਦੇ ਗੁਲਾਮ ਹੀ ਪੈਦਾ ਹੁੰਦੇ ਹਾਂ ਤੇ ਗੁਲਾਮ ਹੀ ਮਰ ਜਾਂਦੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੰਨੈ ਤਰੈ ਤਾਰੇ ਗੁਰਸਿੱਖ, ਜਦੋਂ ਕਿਤੇ ਉਹਨੂੰ ਸਮਝ ਆ ਗਈ, ਅਕਲਬੰਦ ਹੋ ਗਿਆ ਬੰਦਾ, ਆਪ ਵੀ ਤਰੇਗਾ ਤੇ ਹੋਰਨਾਂ ਨੂੰ ਵੀ ਤਾਰ ਦੇਵੇਗਾ। ਮੰਨੈ ਨਾਨਕ ਭਵੈ ਨਾ ਭਿੱਖ, ਉਹ ਫਿਰ ਉਹਨੂੰ ਕੋਈ ਇੱਕ ਤਰ੍ਹਾਂ ਦਾ ਭਿਖਾਰੀਆਂ ਵਰਗਾ ਜੀਵਨ ਨਹੀਂ ਜਿਉਣਾ ਪਵੇਗਾ, ਉਹਨੂੰ ਹੌਸਲਾਹੀਣਤਾ ਨਹੀਂ ਆਵੇਗੀ, ਉਹਨੂੰ ਇੱਜ਼ਤ ਆਬਰੂ ਆਪਣੀ ਨਹੀਂ ਗਵਾਉਣੀ ਪਵੇਗੀ, ਉਹ ਸਵੈ ਮਾਣ ਨਾਲ ਜ਼ਿੰਦਗੀ ਬਤੀਤ ਕਰੇਗਾ ਤੇ ਉਹ ਬਾਕੀਆਂ ਨੂੰ ਵੀ ਇੱਜ਼ਤ ਮਾਣ ਨਾਲ ਜਿਉਣ ਦੇ ਢੰਗ ਤਰੀਕੇ ਸਿਖਾਵੇਗਾ ਤੇ ਉਹਨਾਂ ਨੂੰ ਅਧਿਕਾਰ ਦੇਵੇਗਾ ਕਿ ਤੁਸੀਂ ਵੀ ਇੱਜ਼ਤ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਹੋ, ਆਪਾਂ ਸਾਰੇ ਭੈਣ ਭਾਈ ਬਣ ਕੇ ਚੰਗਾ ਜੀਵਨ ਬਤੀਤ ਕਰਨਾ, ਇਸ ਧਰਤੀ ਨੂੰ ਆਪਾਂ ਸਵਰਗ ਬਣਾਉਣਾ, ਉੱਪਰਲੇ ਸਵਰਗਾਂ ਦੀ ਲਾਲਚ ਹੈ ਜਿਹੜੀ ਮਨ ਚੋਂ ਉਹ ਆਪਾਂ ਕੱਢ ਦੇਣੀ ਹੈ, ਕੋਈ ਕਿਸੇ ਤੇ ਜ਼ੁਲਮ ਨਾ ਕਰੇ ਤੇ ਕਿਸੇ ਨੂੰ ਤਰਸ ਨਾ ਕਰਨਾ ਪਵੇ, ਰਹਿਮ ਨਾ ਕਰਨਾ ਪਵੇ। ਰਹਿਮ ਉਹਨਾਂ ਥਾਵਾਂ ਤੇ ਹੁੰਦਾ ਜਿੱਥੇ ਪਹਿਲਾਂ ਬਹੁਤ ਜ਼ੁਲਮ ਹੁੰਦਾ, ਕੋਈ ਇੱਕ ਅੱਧਾ ਬੰਦਾ ਫਿਰ ਉਹਨਾਂ ਤੇ ਰਹਿਮ ਕਰਦਾ। ਗੱਲ ਇਹ ਸੀ ਕਿ ਜ਼ੁਲਮ ਹੋਵੇ ਹੀ ਕਿਉਂ, ਕੋਈ ਰਹਿਮ ਦਾ ਪਾਤਰ ਬਣੇ ਹੀ ਕਿਉਂ, ਸਾਰੇ ਭੈਣ ਭਾਈ ਬਣ ਕੇ ਰਲ ਰਲ ਮਿਲ ਕੇ ਚੰਗੇ ਇਨਸਾਨ ਚੰਗਾ ਜੀਵਨ ਇੱਥੇ ਬਤੀਤ ਕਰਨ, ਸਾਰਾ ਸਮਾਜ ਫਿਰ ਸਾਡਾ ਸੋਹਣਾ ਬਣ ਜਾ ਜੀ। ਜੀ ਸਾਹਿਬ ਕਹਿੰਦੇ ਨੇ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣਾ ਮਨ ਕੋਏ, ਉਹ ਭਾਈ ਉਹ ਨਾਮ ਹੈ ਜਿਹੜਾ ਸਾਡੇ ਵਾਲਾ, ਉਹ ਫਿਰ ਏਦਾਂ ਦਾ ਹੁੰਦਾ, ਇਹਨੂੰ ਸਮਝਣ ਦਾ ਤੁਸੀਂ ਯਤਨ ਕਰੋ ਜੀ। ਜੀ ਬਾਪੂ ਜੀ, ਜਿਹੜਾ ਹੁਣ ਸਾਡੇ ਸਰੋਤਿਆਂ ਨੂੰ ਜਿਹੜੀਆਂ ਇਹ ਅੰਤਲੀਆਂ ਪੌੜੀਆਂ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ, ਇਹਦਾ ਭਾਵ ਜਿਹੜਾ ਅਸੀਂ ਪਿਛਲੇ 3-4 ਐਪੀਸੋਡਸ ਦੇ ਵਿੱਚੋਂ ਸਮਝਦੇ ਆ ਰਹੇ ਹਾਂ, ਲਗਭਗ ਇੱਥੇ ਤੱਕ ਕਲੀਅਰ ਹੋ ਗਿਆ ਹੋਣਾ ਵੀ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਸਮਝਾਇਆ, ਸਾਨੂੰ ਜਿਹੜੇ ਸਾਡੇ ਸਾਹਮਣੇ ਦਿਸ਼ਾ ਨਿਰਦੇਸ਼ ਜਿਹੜੇ ਰੱਖੇ ਆ ਉਹ ਬੜੇ ਕਮਾਲ ਦੇ ਰੱਖੇ ਆ, ਪਰ ਅਸੀਂ ਜਿਹੜੇ ਉਹਨਾਂ ਦਿਸ਼ਾ ਨਿਰਦੇਸ਼ਾਂ ਤੋਂ ਪਾਸੇ ਹਟ ਚੁੱਕੇ ਹਾਂ, ਪੁਜਾਰੀ ਤਬਕੇ ਦੇ ਪ੍ਰਭਾਵ ਦੇ ਹੇਠ ਉਹਨਾਂ ਤੋਂ ਅਸੀਂ ਪਾਸਾ ਵੱਟ ਚੁੱਕੇ ਹਾਂ। ਜੀ ਬਾਪੂ ਜੀ, ਜਾਂਦੇ ਜਾਂਦੇ ਸਾਡੇ ਸਰੋਤਿਆਂ ਦੇ ਨਾਲ ਇਸ ਪੌੜੀ ਦੇ ਜਾਂ ਪਿਛਲੀਆਂ 4 ਪੌੜੀਆਂ ਦੇ ਭਾਵ ਆ ਜਿਹੜੇ ਉਹ ਜ਼ਰੂਰ ਸਾਂਝੇ ਕਰ ਦਿਓ ਜੀ। ਹਾਂਜੀ, ਤੇ ਗੁਰੂ ਸਾਹਿਬ ਨੇ ਜਿਹੜਾ ਨਾਮ ਸਾਡੇ ਗਲ ਪਵਾਇਆ ਹੋਇਆ ਉਸ ਤੋਂ ਸਾਨੂੰ ਮੁਕਤ ਕੀਤਾ। ਅਸਲੀ ਨਾਮ ਹੈ ਕਿ ਜ਼ਿੰਦਗੀ ਜਿਉਣ ਦਾ, ਸਿੱਖ ਵੇ ਆਫ ਲਾਈਫ, ਜ਼ਿੰਦਗੀ ਦਾ ਤੌਰ ਤਰੀਕਾ, ਉਹਦੀ ਚੋਣ ਆਪਾਂ ਕਰਨੀ ਹੈ ਕਿ ਗੁਰਬਾਣੀ ਸਾਨੂੰ ਕਿਹੋ ਜਿਹੇ ਇਨਸਾਨ, ਕਿਹੋ ਜਿਹੇ ਸਿੱਖ ਬਣਾਉਣ ਵਾਸਤੇ ਉਪਦੇਸ਼ ਕਰਦੀ ਹੈ, ਇਹਦੀ ਕਦਰ ਕਰੀਏ, ਇਹਦਾ ਕਹਿਣਾ ਮੰਨੀਏ, ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਜੀ ਬਾਪੂ ਜੀ, ਬਹੁਤ ਧੰਨਵਾਦ ਬਾਪੂ ਜੀ, ਤੁਸੀਂ ਸਾਡੇ ਸਰੋਤਿਆਂ ਦੇ ਨਾਲ 15 ਪੌੜੀ ਦੀ ਜਿਹੜੀ ਸਾਂਝ ਪਾਈ ਹੈ ਜੀ, ਉਹਨਾਂ ਨੂੰ ਸੌਖੇ ਢੰਗ ਦੇ ਨਾਲ ਸਮਝਾਇਆ ਜੀ,
ਤੇ ਸਾਡੇ ਸਰੋਤਿਆਂ ਤੋਂ ਵੀ ਆਸ ਕਰਦੇ ਹਾਂ ਕਿ ਉਹ ਸਾਡੇ ਇਸ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਗੇ ਤੇ ਅੱਗੇ ਜਿਹੜਾ ਸਾਡੀਆਂ ਵੀਡੀਓਜ਼ ਆ ਅੱਗੇ ਜ਼ਰੂਰ ਪਹੁੰਚਾਉਣਗੇ ਤਾਂ ਜੋ ਇਸ ਕਨਸੈਪਟ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਵੇ ਤੇ ਪੁਜਾਰੀ ਜਾਲ ਤੋਂ ਖਹਿੜਾ ਛੁਡਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਨੂੰ ਜਿਹੜੇ ਬਚਾਉਣ ਦੇ ਲਈ ਅਸੀਂ ਜਿਹੜੇ ਸਾਰਥਕ ਕਦਮ ਜਿਹੜੇ ਉਠਾ ਸਕੀਏ ਜੀ। ਬਹੁਤ ਧੰਨਵਾਦ ਜੀ ਤੇ ਨਾਲ ਹੀ ਜਿਹੜੇ ਸਾਡੇ ਸਰੋਤਿਆਂ ਨੂੰ ਬੇਨਤੀ ਹੈ ਕਿ ਹਮੇਸ਼ਾ ਹੀ ਜਿਹੜੇ ਸਾਡੀ ਵੀਡੀਓਜ਼ ਹੁੰਦੀਆਂ ਨੇ ਉਹ ਇਸੇ ਸੰਦਰਭ ਦੇ ਵਿੱਚ ਹੁੰਦੀਆਂ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਵੱਖਰੀ ਜਿਹੜੀ ਆਈਡੀਓਲੋਜੀ ਆ ਇੱਕ ਨਵੀਨਤਾ ਦੇ ਜਿਹੜੇ ਪੱਖੇ ਆ ਉਹ ਸਾਡੇ ਤੋਂ ਲੁਕਦੇ ਜਾ ਰਹੇ ਆ, ਅਸੀਂ ਉਹਨਾਂ ਨੂੰ ਲੁਕਣ ਤੋਂ ਛਿਪਣ ਤੋਂ ਬਚਾਉਣਾ ਹੈ ਜੀ। ਬਹੁਤ ਸ਼ੁਕਰੀਆ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।